हेलो एवरीवन, वेलकम बैक टू माय चैनल। तुसी देख रहे हो अपना फेवरेट यूट्यूब चैनल राज टॉक्स एंड व्लॉग्स। आज दा व्लॉग है जी, ये है कुछ फन फैक्ट्स बारे जेडे के मैनू लगता है कि डिफरेंट है इत्थे कैनेडा च पंजाब नालों। आज दा व्लॉग शुरू करने तो पहला ये मैं थैंक्स करना चाहूंगी सारियां दे कि मेरे पिछले ब्लॉग नू भी उन्ना ही प्यार दिता जिन्ना कि हमेशा दे रहे हैं, ते कीप सपोर्टिंग। एक चीज होर, सारे ब्लॉग्स दे उत्ते बहुत नाइस कमेंट्स आ रहे हैं, ते ओदे लई भी थैंक्स अ लॉट। एंड इसी करके मैं सोचा कि अज दे ब्लॉग उत्ते जिन्ने कमेंट्स आउगे ओदे तो जिहड़े बेस्ट लगूगे ओह असी मैनशन करांगे जी नैक्सट ब्लॉग च। चलो जी शुरू करते हैं फिर जी अज दा ब्लॉग फन फैक्ट्स बारे, ते जिहड़ा मेरा फेवरेट है सब तो ਉਹ ਮੈਂ ਬਿਲਕੁਲ ਲਾਸਟ ਚ ਦੱਸੂਗੀ। ਜਿਹੜੀ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਆ ਉਹ ਹੈਗਾ ਇੱਥੇ ਦਾ ਜਿਹੜਾ ਲਾਅ ਆ ਬੱਚਿਆਂ ਦੀ ਸੇਫਟੀ ਦੇ ਲਈ, ਉਹ ਹੈਗਾ ਕਿ ਜਿੱਦਾਂ ਸਕੂਲ ਬੱਸ ਤੇ ਜਿਹੜੀ ਜਦੋਂ ਉਹਨੇ ਰੁਕਣਾ ਆ, ਚਾਹੇ ਬੱਚਿਆਂ ਨੂੰ ਚੜ੍ਹਾਉਣਾ ਆ ਤੇ ਚਾਹੇ ਲਾਉਣਾ ਆ, ਤਾਂ ਉਹਨਾਂ ਨੇ ਇੱਕ ਸਪੈਸ਼ਲ ਸਿਗਨਲ ਦੇਣਾ। ਠੀਕ ਹੈ ਜੀ, ਜਦੋਂ ਉਹ ਸਿਗਨਲ ਫਲੈਸ਼ ਕਰਦਾ ਪਿਆ ਆ ਤਾਂ ਪੂਰੀ ਟ੍ਰੈਫਿਕ ਜਿਹੜੀ ਉਹ ਰੁਕ ਜਾਂਦੀ ਹੈ, ਮਤਲਬ ਕਿਸੇ ਵੀ ਸਾਈਡ ਤੋਂ ਕਾਰ ਜਿਹੜੀ ਆ ਉਹ ਕ੍ਰੋਸ ਨਹੀਂ ਕਰ ਸਕਦੀ। ਠੀਕ ਹੈ ਜੀ, ਤੇ ਜਦੋਂ ਤੱਕ ਉਹ ਬੱਸ ਜਿਹੜੀ ਆ, ਠੀਕ ਆ, ਚੱਲ ਨਹੀਂ ਪੈਂਦੀ, ਸਿਗਨਲ ਬੰਦ ਨਹੀਂ ਹੋ ਜਾਂਦਾ, ਉਦੋਂ ਤੱਕ ਕੋਈ ਵੀ ਬੱਸ ਨੂੰ ਕ੍ਰੋਸ ਨਹੀਂ ਕਰ ਸਕਦਾ। ਜੇ ਕੋਈ ਗਲਤੀ ਨਾਲ ਕ੍ਰੋਸ ਕਰ ਜਾਂਦਾ ਹੈ ਬੱਸ ਨੂੰ, ਤਾਂ ਉਹਨੂੰ ਤੁਸੀਂ ਕਹਿ ਲਓ ਇੰਡੀਆ ਦੇ ਵਿੱਚ ਦੇ ਹਿਸਾਬ ਨਾਲ ਲੱਖਾਂ 'ਚ ਜੁਰਮਾਨਾ ਹੁੰਦਾ ਹੈ। ਅਤੇ ਜੇ ਮੰਨ ਲਓ ਰਿਪੀਟ ਹੋ ਜਾਂਦੀ ਹੈ ਇਹੀ ਗਲਤੀ, ਤਾਂ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਕਰ ਦਿੰਦੇ ਆ ਅਤੇ ਮੁੜ ਕੇ ਕਾਰ ਨਹੀਂ ਚਲਾਉਣ ਦਿੰਦੇ। ਇਹ ਸਿਸਟਮ ਜਿਹੜਾ ਸੇਫਟੀ ਦਾ, ਇਹ ਮੈਨੂੰ ਸਭ ਤੋਂ ਵਧੀਆ ਲੱਗਾ। ਨੈਕਸਟ ਆ ਜੀ ਕਿ ਜਿੱਦਾਂ ਕਿ ਸਾਰੇ ਜਾਣਦੇ ਹੀ ਆ ਕਿ ਜਿਹੜੇ ਕੈਨੇਡਾ ਦੇ ਲੋਕੀ ਆ ਉਹ ਕਾਫੀ ਨਾਈਸ ਆ, ਤਾਂ ਜਿਹੜਾ ਨੈਕਸਟ ਫੈਕਟ ਆ ਉਹ ਮੇਰੇ ਲਈ ਕਾਫੀ ਇੰਪ੍ਰੈਸਿਵ ਆ। ਜਿੱਦਾਂ ਕਿ ਇੱਥੇ ਦਾ ਜਿਹੜਾ ਐਟੀਕੁਏਟ ਆ ਜਾਂ ਸ਼ਿਸ਼ਟਾਚਾਰ, ਜਿਹੜਾ ਇੱਥੇ ਲੋਕਾਂ ਦੇ ਬੋਲਣ ਚਾਲਣ ਦਾ ਤਰੀਕਾ ਆ ਉਹ ਬਹੁਤ ਹੀ ਨਾਈਸ ਆ। ਇੱਥੇ ਜਿੱਦਾਂ ਛੋਟੀ ਛੋਟੀ ਗੱਲ ਉੱਤੇ ਹੀ ਸੋਰੀ, ਥੈਂਕ ਯੂ, ਪਲੀਜ਼, ਕਾਈਂਡਲੀ, ਇਹ ਤੁਸੀਂ ਆਮ ਹੀ ਸੁਣ ਸਕਦੇ ਆ। ਇਹ ਤੁਸੀਂ ਕਹਿ ਲਓ ਕਿ ਇੱਥੇ ਦਾ ਰਿਵਾਜ ਹੀ ਆ ਇਹ। ਜਿਹੜਾ ਨੈਕਸਟ ਫੈਕਟ ਆ ਜੀ ਉਹ ਹੈਗਾ ਕੈਨੇਡਾ ਦੀ ਮਸ਼ਹੂਰ ਚਾਹ ਤੇ ਕੌਫੀ ਦੀ ਦੁਕਾਨ ਜਿਹਨੂੰ ਕਿ ਟਿਮ ਹਾਰਟਨ ਕਹਿੰਦੇ ਆ, ਉਹ ਆਪਣੀ ਚਾਹ, ਕੌਫੀ, ਬ੍ਰੈਕਫਾਸਟ, ਮਤਲਬ ਖਾਣ ਪੀਣ ਦੀਆਂ ਚੀਜ਼ਾਂ ਲਈ ਤਾਂ ਸਾਰੇ ਜਾਣਦੇ ਹੀ ਆ ਉਹਨੂੰ, ਪਰ ਮੈਨੂੰ ਜਿਹੜੀ ਚੀਜ਼ ਅਲੱਗ ਲੱਗੀ ਉਹ ਸੀਗੀਆਂ ਉੱਥੇ ਲੱਗਣ ਵਾਲੀਆਂ ਲਾਈਨਾਂ। ਮੈਂ ਪਹਿਲੀ ਵਾਰ ਚਾਹ ਦੀ ਦੁਕਾਨ ਦੇ ਉੱਤੇ ਇੱਦਾਂ ਲਾਈਨਾਂ ਲਗਾ ਕੇ ਲੋਕਾਂ ਨੂੰ ਖੜੇ ਵੇਟ ਕਰਦੇ ਪਹਿਲੀ ਵਾਰ ਦੇਖਿਆ। ਇਸ ਤੋਂ ਇਲਾਵਾ ਇੱਕ ਸਮਾਲ ਬਟ ਵੈਰੀ ਇੰਪੋਰਟੈਂਟ ਫੈਕਟ ਹੈਗਾ ਕਿ ਬੱਸ ਸਟੈਂਡ ਬਾਰੇ, ਜਿਹੜੇ ਤਾਂ ਬੜੇ ਬੱਸ ਸਟੈਂਡ ਆ ਉਹ ਤਾਂ ਵੈਰੀ ਨਾਈਸਲੀ ਬਿਲਡ ਆ, ਪਰ ਜਿੱਦਾਂ ਸਿਟੀ ਦੇ ਅੰਦਰ ਛੋਟੀਆਂ ਸਟਰੀਟਸ ਦੇ ਉੱਤੇ ਵੀ ਬਣੇ ਹੋਏ ਆ ਜਿਹੜੇ ਬੱਸ ਸਟੈਂਡਸ, ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਆ ਤਾਂ ਕਿ ਜਿਹੜੇ ਪੈਸੈਂਜਰਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਆਓ ਇਟਸ ਟਾਈਮ ਫੋਰ ਲਾਸਟ ਬਟ ਨੋਟ ਦਾ ਲੀਸਟ ਮੇਰਾ ਫੇਵਰੇਟ ਇੱਥੇ ਦਾ ਵੈਦਰ। ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਦਾ ਵੈਦਰ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਸੀਗਾ, ਬਿਲਕੁਲ ਠੰਡਾ ਆ, ਅਤੇ ਮੈਂ ਹੁਣ ਇਹ ਕਹਿ ਸਕਦੀ ਹਾਂ ਕਿ ਮੈਂ ਪਹਿਲੀ ਵਾਰ ਠੰਡੀਆਂ ਗਰਮੀਆਂ ਦੇਖੀਆਂ। ਅਤੇ ਜਿੱਦਾਂ ਹੀ ਏਅਰਪੋਰਟ ਤੋਂ ਬਾਹਰ ਆਏ ਹਾਂ ਤਾਂ ਮੈਨੂੰ ਜੈਕਟ ਪਾਉਣੀ ਪਈ, ਅਤੇ ਲੋਕ ਸਮਰ ਕਲੋਥ 'ਚ ਘੁੰਮਦੇ ਪਏ ਸੀਗੇ, ਅਤੇ ਜਿਹੜੇ ਸਾਡੇ ਵਰਗੇ ਸੀ ਸਾਰੇ ਜੈਕਟਸ ਪਾ ਕੇ ਘੁੰਮਦੇ ਆ ਇੱਥੇ। ਚਲੋ ਜੀ, ਇਹਨਾਂ ਫਨ ਫੈਕਟਸ ਦੇ ਨਾਲ ਰੈਪ ਕਰਦੇ ਹਾਂ ਅੱਜ ਦਾ ਵਲੌਗ। ਠੀਕ ਹੈ ਜੀ, ਕੀਪ ਸਪੋਰਟਿੰਗ, ਆਲਵੇਜ਼ ਵੇਟਿੰਗ ਫੋਰ ਯੂਅਰ ਸੁਜੈਸ਼ਨਸ। ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ।